बिस्मिल्लाह रहमान रहीम, अस्सलाम वालेकुम। साढ़े प्यारे प्यारे व्यूअर्स, अज असी तुहानू अरंजा बारैल का टूअर विजिट करवावांगे इंशाल्लाह। वीडियो भी अज तुसीं आखिर तक देखनी है, तो पिंड भी देखना कैसा पिंड है। पसंद आवे तो लाइक करो, शेयर करो, तो चैनल नू सबसक्राइब भी करो। थैंक यू, बहुत शुक्रिया। जामिया मस्जिद अरंजा बारैल, बिस्मिल्लाह रहमान रहीम। असी इस टाइम ना चक नंबर 49 च बैठे हैं, तो साढ़े को मास्टर अहमद सईद साहब तशरीफ फरमा रहे हैं, तो असी इन्हों को इन्हों के चक के बारे पूछना चाहते हैं कि ताकि साढ़े व्यूवर्स को दसो कि इतने केड़िया बरादरियां रहिंदियां ने, की शोभे जाच काम करते हैं, की जरिया मुआश आ, तो की सहूलत ने अपने चक के। बिस्मिल्लाह रहमान रहीम। भाई जवेद अख्तर, भाई अफजाल हसन, तो भाई साजद मकमूल, ये साढ़े दोस्त इत्थे चक च आए आ। इन्हां दी मुहब्बत जिहड़ी है ना, उन्हां दी वजह दे नाल इन्हां ने मेरे कोलों अपना टाइम लिया। एक बड़ी इन्हां दे नाल मेरी मुहब्बत आ, तो यह चक नाल भी मुहब्बत आ। अपने करीबी चक 46-12 दे रहण वाले, वो कोई गाँव के बारे इनफॉर्मेशन लेना चाहते आ चक बारे, तो मैं क्या जी ठीक आ, असं कुछ इनफॉर्मेशन जी फराहम कर दें। अच्छा, तो दोस्तों ये जो सा चक है ना जी 49-12, यह 1913 च अंग्रेज़ दौर च इत्थे लकीर लगियां रकबिया दियां, नहर जिहड़ी उस तो पहले दी निकली हुई है। तो फिर 1914 दे विच लोग जिहड़े है ना इत्थे आबाद होना शुरू होए, जिहड़े इब्तदा दे विच लोग आए है ना, वो इस तरह सी कि उन्हां लोगों की जमीन पहले ही दूसरा इंडियन पंजाब सी। उस वेले ये कोई नहीं सी पता किसी नूं कि कल की होएगा, वंड होनी है पंजाब की या नहीं होनी। बहुते लोग ये समझते हैं कि शायद सारी हिजरत जिहड़ी आ लोग इधर दे उधर चले गए, उधर दे इधर चले गए, नहीं। ये मसला जिहड़ा सी, ये जिहड़ियां नवियां 12 आबाद हुई ना, साड़ी ए वाली बार हुई ना, गंजी बार जिहनू कहने आ, परली सांदल बार हुई, इन्हां दे विच कुछ लोग जेलम नारोवाल गुजरात इतों उठ के आए, तो वह पहले ही पाकिस्तान की वंड के तहत इधर से। कुछ लोग जोड़े साढ़े इधर दे ना, इन्होंने चक्कों 46, 47, 49, 45,
ਇਹ ਜ਼ਿਲ੍ਹਾ ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਤੋਂ ਆਏ ਆ। ਸਾਡੇ 46 ਚੱਕ ਦੇ ਲੋਕ ਫਿਰੋਜ਼ਪੁਰ ਤੋਂ ਆਏ ਆ, 47 ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਆ, 54 ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਆ, ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਂ, 45 ਵਾਲੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਆ। ਫਿਰੋਜ਼ਪੁਰ ਜ਼ਿਲ੍ਹਾ ਬਹੁਤ ਵੱਡਾ ਸੀ, ਉਹਦੀਆਂ 7 ਤਹਿਸੀਲਾਂ ਸੀ ਉਦੋਂ ਵੀ, ਅਤੇ ਸਾਡੀ ਤਹਿਸੀਲ ਜਿਹੜੀ ਆ, ਤਹਿਸੀਲ ਦਸੂਹੇ ਤੋਂ ਅਸੀਂ ਲੋਕ ਉੱਠ ਕੇ ਆਏ ਹਾਂ। ਤਹਿਸੀਲ ਦਸੂਹੇ ਦੇ ਵਿੱਚ 3 ਉੱਥੇ ਪਿੰਡ ਸੀ, ਬਰਾਂਪੁਰ, ਡਮਾਣਾ ਅਤੇ ਖੇੜੇ ਖੇੜਾ। ਉੱਥੋਂ ਦੇ ਲੋਕ ਆਏ ਆ ਆਪਣੇ ਆਪ ਨੂੰ ਉਹ ਬਰਾਦਰੀ ਦੇ ਤੌਰ 'ਤੇ, ਕਿਉਂਕਿ ਇੱਥੇ ਦੀ ਅਕਸਰੀਅਤ ਹੈ ਨਾ ਜਿਹੜੀ ਆਬਾਦੀ ਦੀ, 75% ਜਿਹੜੀ ਜ਼ਿਮੀਂਦਾਰ ਕੌਮ ਆ ਉਹ ਜੱਟ ਆ, ਠੀਕ। ਉਹ ਜੱਟ ਸਾਰੇ ਇਹਨਾਂ ਚੱਕਾਂ 'ਚੋਂ ਉੱਠ ਕੇ ਆਏ ਹੋਏ ਆ। 25% ਰਾਜਪੂਤ ਆ, ਉਹ ਮੁਖਤਲਿਫ ਉਹਨਾਂ ਪਿੰਡਾਂ 'ਚੋਂ ਆਏ ਆ, ਕੋਈ ਨੰਗਲ ਦੇ ਹੈਗੇ ਆ, ਕੋਈ ਸ਼ਾਮ ਚੁਰਾਸੀ ਦਾ ਵੀ ਘਰ ਹੈਗਾ, ਇਸ ਤਰ੍ਹਾਂ ਕਰਕੇ ਉਹ ਆਏ ਹੋਏ ਆ। 2 ਨੰਬਰਦਾਰੀਆਂ ਸਾਡੇ ਪਿੰਡ ਦੀਆਂ, ਇੱਕ ਰਾਜਪੂਤ ਨੰਬਰਦਾਰ ਨੇ ਰਾਣਾ ਹਫੀਜ਼ੁਰ ਰਹਿਮਾਨ ਖਾਨ ਸਾਹਿਬ, ਇੱਕ ਪਰਵੇਜ਼ ਅਖਤਰ ਸਾਹਿਬ ਹੈਗੇ ਆ ਜੱਟ, ਦੋਨੋਂ ਬੜੇ ਸਾਦਾ ਮਦਾਜ ਜਿਹੇ ਬੰਦੇ ਨੇ। ਅਤੇ ਉਹ ਮੈਂ ਗੱਲ ਇਹ ਕਰਦਾ ਸੀ ਕਿ ਉਹ ਫਿਰ ਜਦੋਂ ਬਾਕੀ ਲੋਕ ਜਿਹੜੇ ਸੀਗੇ ਨਾ, ਇੱਕ ਇੱਕ ਭਾਈ ਇੱਧਰ ਆ ਗਿਆ, ਅਤੇ ਬਾਕੀ ਜਿਹੜੇ ਸੀਗੇ ਨਾ, ਜਦੋਂ ਪਾਕਿਸਤਾਨ ਬਣਨ ਦਾ ਨਾਰਾ ਵੱਜਿਆ, ਉਹਨਾਂ ਨੂੰ ਉੱਧਰੋਂ ਫਿਰ ਇੱਧਰ ਆਉਣਾ ਪਿਆ, ਕਿਉਂਕਿ ਉਹਨਾਂ ਦੇ ਭਾਈ ਉਹਨਾਂ ਤੋਂ ਛੁੱਟਦੇ ਸੀ। ਜਿਵੇਂ ਮੇਰੇ ਦਾਦੇ ਵੀ 2 ਭਾਈ ਸੀ, ਇੱਕ ਨੇ ਆਣ ਕੇ ਆ ਜ਼ਮੀਨ ਆਬਾਦ ਕੀਤੀ ਇੱਥੇ, ਇੱਕ ਉੱਥੇ ਹੀ ਬ੍ਰਹਮਪੁਰ ਰਹਿ ਗਿਆ। ਜਦੋਂ 3 ਜੂਨ 'ਚ ਐਲਾਨ ਹੁੰਦਾ ਨਾ ਇਹ ਪਾਕਿਸਤਾਨ ਦੀ ਵੰਡ ਦਾ, 14 ਅਗਸਤ ਨੂੰ ਤਾਂ ਬਾਕਾਇਦਾ ਹੋ ਜਾਂਦਾ ਨਾ ਆਪਣਾ ਮੁਹੰਮਦ ਅਲੀ ਜਨਾਹ ਕੈਦ ਰਹਿਮੁੱਲਾ ਅਲੈਹ, ਬਾਕਾਇਦਾ ਜਿਹੜੇ ਬਿਰਾਜਮਾਨ ਹੋ ਜਾਂਦੇ ਨਾ, ਉਹ ਤਾਂ ਅਹੁਦੇ 'ਤੇ, ਉਸ ਤੋਂ ਪਹਿਲੇ ਲੋਕ ਹਿਜਰਤ ਸ਼ੁਰੂ ਕਰ ਦਿੰਦੇ ਆ। ਉਸ ਹਿਜਰਤ 'ਚ ਜੋ ਹੋਇਆ ਉਹ ਵੱਢ ਵਡਾਂਗਾ ਸਿੱਖਾਂ ਮੁਸਲਮਾਨਾਂ, ਉਹ ਇੱਕ ਬੜੀ ਲੰਬੀ ਦਾਸਤਾਨ ਆ, ਉਹ ਤੁਸੀਂ ਸਾਰੇ ਜਾਣਦੇ ਹੋ। ਇਹ ਇੱਕ ਗਲਤ ਫਹਿਮੀ ਦੀ ਬਣਾ 'ਤੇ ਇੱਕ ਝਗੜਾ ਹੋਇਆ, ਅਤੇ ਉਹ ਸਿੱਖ ਨਹੀਂ ਸੀ ਚਾਹੁੰਦੇ ਯਾਨੀ ਪੰਜਾਬ ਵੰਡਣਾ, ਅਤੇ ਉਹ ਫਿਰ ਉੱਥੋਂ ਫਿਰ ਨਾ ਗੱਲ ਵੱਧਦੀ ਫਿਰ ਦੂਰ ਚਲੇ ਗਈ। ਉਹ ਲੋਕ ਜਿਹੜੇ ਸੀਗੇ ਨਾ, ਉਹਨਾਂ ਦੇ ਬਾਕੀ ਭਾਈ ਅੱਧੇ ਇੱਧਰ ਆਏ ਸੀ, ਅੱਧੇ ਉੱਧਰ ਰਹਿੰਦੇ ਸੀ, ਉਹ ਆਪਣਾ ਛੱਡ ਕੇ ਨਾ ਇੱਧਰ ਆ ਗਏ। ਉਹਨਾਂ ਲੋਕਾਂ ਨੂੰ ਫਿਰ ਮੁਖਤਲਿਫ ਜਗ੍ਹਾ 'ਤੇ ਜ਼ਮੀਨਾਂ ਮਿਲੀਆਂ, ਉਹ ਭਾਈ ਭਾਈ ਨੂੰ ਮਿਲੇ, ਗੱਲ ਲਾ ਕੇ ਬੜੇ ਰੋਏ। ਜਿਹੜੇ ਲੋਕ 1947 'ਚ ਆਏ ਆ ਨਾ, ਉਹ ਲੋਕ ਮਹਾਜਰ ਕਹਿਲਾਏ, ਜਿਹੜੇ ਲੋਕ 1914 ਦੇ ਆਬਾਦਕਾਰ ਆ ਉਹ ਲੋਕ ਪਨਾਹੀ ਕਹਿਲਾਏ ਜਾਂ ਆਬਾਦਕਾਰ ਕਹਿੰਦੇ ਆ। ਕਈ ਚੱਕ ਜਿਹੜੇ ਸਾਰੇ ਦੇ ਸਾਰੇ 1947 'ਚ ਆਏ ਆ, ਉਸ ਤੋਂ ਪਹਿਲੇ ਇੱਥੇ ਸਿੱਖ ਜਾਂ ਹਿੰਦੂ ਸੀ ਅਤੇ ਉਹ ਚਲੇ ਗਏ, ਜਿਵੇਂ ਸਾਡਾ 47 ਚੱਕ ਆ, ਇਹ ਸਾਰਾ ਮੁਹਾਜਰਾਂ ਦਾ। ਇੱਥੋਂ ਦੀ ਜਿਹੜੀ ਸਿੱਖ ਬਰਾਦਰੀ ਆ ਨਾ, ਉਹ ਸਾਰੀ ਇੰਡੀਆ 'ਚ ਚਲੇ ਗਈ ਸੀ, ਅਤੇ ਉੱਥੋਂ ਜਿਹੜੇ ਸੀਗੇ ਨਾ ਮੁਸਲਮਾਨ ਭਰਾ ਜਿਹੜੇ ਸੀ, ਜਿਨ੍ਹਾਂ ਦੇ ਇੱਧਰ ਲੱਗਦੇ ਲੈਂਦੇ ਸੀ, ਅਤੇ ਉਹ ਇੱਧਰ ਉੱਠ ਕੇ ਆ ਗਏ, ਉਹ ਵੀ ਆਪਣਾ ਡੰਗਰ ਪਸ਼ੂ ਇਸੇ ਤਰ੍ਹਾਂ ਹੀ ਛੱਡ ਕੇ ਗਏ ਆ, ਜਿਵੇਂ ਸਾਡੇ ਲੋਕ ਉੱਧਰ ਛੱਡ ਕੇ ਆ। ਜਿਹੜੀ ਮੁੰਡੇ ਕਾਫੀ ਕੁੜੀਆਂ ਮੁੰਡੇ ਪੜ੍ਹ ਲਿਖ ਗਏ ਆ, ਕੋਈ 75 ਜਾਂ 100 ਦੇ ਲਗਭਗ ਮੁੰਡੇ ਕੁੜੀਆਂ ਅਸਤਾਨੀਆਂ ਅਤੇ ਮਾਸਟਰ ਵੀ ਲੱਗ ਗਏ ਨੇ, ਇਹ ਇੱਕ ਤਲੀਮ ਦੀ ਦਲੀਲ ਆ। ਅਤੇ ਸਾਡੀ ਖੇੜਾ ਬਰਾਦਰੀ ਦੇ ਕਾਫੀ ਸਾਰੇ ਮੁੰਡੇ ਪੁਲਿਸ ਵੀ ਨੇ, ਠੀਕ ਹੈ ਨਾ ਜੀ। ਚੱਕ ਦੀ ਆਬਾਦੀ ਹੈ ਨਾ ਜਿਹੜੀ ਹਾਲੀਆ ਮਰਦਮਸ਼ੁਮਾਰੀ ਦੇ ਮੁਤਾਬਕ, ਡੇਰੇ ਸ਼ੇਰੇ ਸਾਰੇ ਪਾ ਕੇ ਨਾ, 4400 ਅਤੇ ਕੁਛ ਵਾ ਨਫੂਸ ਅਤੇ ਮੁਸ਼ਮਿਲ, ਤੁਸੀਂ 4500 ਕਹਿ ਲਓ, ਇੰਨੀ ਕੁ ਆਬਾਦੀ ਆ ਕੁੱਲ ਆ। ਚੱਕ ਦੀ ਜ਼ਬਾਨ ਆ ਜਿਹੜੀ ਪੰਜਾਬੀ ਆ, ਅਤੇ ਮਾਝੇ ਦਾ ਲਹਿਜਾ ਆ, ਠੀਕ ਹੈ ਨਾ। ਆਪਣਾ ਇਹ ਜਿਹੜੇ 45 ਵਾਲੇ, ਇਹ ਗੜ੍ਹ ਸ਼ੰਕਰ ਤਹਿਸੀਲ ਦੇ ਆ, ਇਹਨਾਂ ਦਾ ਭਾਈ ਲਹਿਜਾ ਸਾਡੇ ਨਾਲੋਂ ਥੋੜ੍ਹਾ ਜਿਹਾ ਮੁਖਤਲਿਫ ਆ, ਜਿਵੇਂ ਤੁਹਾਡਾ ਵੀ ਥੋੜ੍ਹਾ ਜਿਹਾ ਫਿਰੋਜ਼ਪੁਰੀਆਂ ਦਾ ਮੁਖਤਲਿਫ ਹੈ ਨਾ, ਅਸੀਂ ਬਲਦ ਕਹਿੰਦੇ ਤੁਸੀਂ ਬਲਦ ਕਹਿੰਦੇ, ਥੋੜ੍ਹਾ ਜਿਹਾ ਫਰਕ ਹੈਗਾ। ਇਹ ਬੋਲੀ ਕਹਿੰਦੇ ਆ ਕਿ ਥੋੜ੍ਹੇ ਕੋਹਾਂ ਤੋਂ ਜਾ ਕੇ ਬਦਲ ਜਾਂਦੀ ਆ, ਠੀਕ ਹੈ ਨਾ ਜੀ। ਹਾਂਜੀ, ਇਹ 5 ਦਰਿਆਵਾਂ ਦੀ ਜ਼ਮੀਨ ਆ ਪੰਜਾਬ ਸੋਹਣੀ, ਅਤੇ ਜ਼ਿਆਦਾ ਅਕਸਰੀਅਤ ਦੀ ਆਬਾਦੀ ਇਹੀ ਆ, ਅਤੇ ਕੁਛ ਡੇਰੇ ਇੱਥੇ ਪਠਾਣਾ ਦੇ ਵੀ ਆ ਕੇ ਆਬਾਦ ਹੋ ਗਏ ਆ, ਇੱਦਾਂ ਕਹਿ ਲਓ ਵੀ ਕੁਛ ਘਰ ਹੁਣ ਪਸ਼ਤੂਨ ਵੀ ਹੈਗੇ ਨੇ ਜੱਟਾਂ ਅਤੇ ਰਾਜਪੂਤਾਂ ਦੇ ਨਾਲ, ਅਤੇ ਬਾਕੀ ਛੋਟੀ ਬਰਾਦਰੀ ਜਿਹੜੀ ਹੁੰਦੀ ਗੈਰ ਕਾਸ਼ਤਕਾਰ ਉਹ ਵੀ ਮੌਜੂਦ ਆ। ਉਹਦੇ ਵਿੱਚ ਸਾਡੇ ਜਿਵੇਂ ਆਮ ਚੱਕਾਂ 'ਚ ਤੁਹਾਡੇ ਘੁਮਾਰ ਜ਼ਿਆਦਾ ਨਾ, ਸਾਡੇ ਇੱਥੇ ਬਰਵਾਲੇ ਜ਼ਿਆਦਾ, ਚੀਰ ਬਰਵਾਲੇ ਜੁਲਾਏ ਇਹ ਜ਼ਿਆਦਾ ਹੈਗੇ ਆ ਵੀ। ਹਾਂਜੀ ਹਾਂਜੀ, ਸਾਡੇ 49 ਚੱਕ ਦਾ ਤਕਰੀਬਨ 66 ਮਰੱਬੇ ਰਕਬਾ ਆ, ਵਿੱਚੇ ਜੇ ਪਿੰਡ ਵਾਲੀ ਜਗ੍ਹਾ ਪਾ ਕੇ, ਠੀਕ ਹੈ ਨਾ ਜੀ। ਅਤੇ ਇਹਦੇ ਵਿੱਚੋਂ ਅੱਧਾ ਮਰੱਬਾ ਜਿਹੜਾ ਨਾ ਉਹ ਰਾਜੇ ਲੈ ਗਏ ਸੀ ਪਿੰਡੀ ਵਾਲੇ, ਅਤੇ ਇੱਕ ਮਰੱਬਾ ਰਾਜਿਆਂ ਨੂੰ ਬਾਹਰ ਮਿਲਿਆ ਸੀ ਸਾਡੇ 46 ਵਾਲੇ ਚੌਂਕ 'ਚ।
ਠੀਕ ਹੈ ਨਾ ਜੀ। ਕਿਲ੍ਹਾ ਇੱਕ ਕਬਰਸਤਾਨ ਦੀ ਜਗ੍ਹਾ ਵਾ ਅਤੇ ਸਿਵਿਆਂ ਦੀ ਜਗ੍ਹਾ ਵੀ ਹਲੇ ਪਈ ਹੋਈ ਹੈ, ਨਿਲਾਮ ਕੋਈ ਨਹੀਂ ਹੋਈ ਅਤੇ ਸਾਈਆਂ ਦਾ ਕਬਰਸਤਾਨ ਵੀ ਹੈ। ਚੱਕ ਦੇ ਅੰਦਰ ਇੱਕ ਬੜੀ ਮਸਜਿਦ ਆ, ਜਾਮੇ ਮਸਜਿਦ, ਦੋ ਮਸਜਿਦਾਂ ਆ ਅਤੇ ਇੱਕ ਇੱਧਰ ਕੁੰਨਾ ਵਾਲਾ, ਇੱਕ ਬੜੀ ਮਸਜਿਦ ਆ। ਕਿਤੇ ਚੱਕ ਦੇ ਵਿੱਚ ਜੁਮਾ ਜਾਂ ਨਮਾਜ਼ ਪੜ੍ਹਨ ਦਾ ਇਤਫਾਕ ਹੋਵੇ ਨਾ ਤਾਂ ਮਸਜਿਦ ਬੜੀ ਭਰੀ ਹੁੰਦੀ ਸਾਡੀ ਨਮਾਜ਼ੀਆਂ ਦੇ ਨਾਲ, ਅਤੇ ਜਿੱਥੇ ਚੰਗੇ ਮਾੜੇ ਕੰਮ ਹੁੰਦੇ ਆ ਤਾਂ ਉੱਥੇ ਨੇਕੀ ਦੀ ਵੀ ਸਾਡੇ ਚੱਕ 'ਚ ਬੜੀ ਸ਼ਰ੍ਹਾ ਆ, ਠੀਕ ਆ ਨਾ। ਅਤੇ ਸਾਡੇ ਚੱਕ ਦੇ ਜਿਹੜੇ ਵੋਟ ਹੈ ਨਾ, ਉਹ ਤੁਸੀਂ ਕਹਿ ਲਓ ਕਿ ਹੁਣ ਹਰ 18 ਸਾਲ ਦੇ ਬੱਚੇ ਦਾ ਵੋਟ ਬਣ ਜਾਂਦਾ ਅਤੇ ਲਗਭਗ ਤਕਰੀਬਨ 4400 ਆਬਾਦੀ ਆ ਅਤੇ ਤਕਰੀਬਨ 2400 ਵੋਟ ਜਿਹੜਾ ਨਾ ਸਾਡੇ ਚੱਕ ਦਾ ਹੈਗਾ, ਜਿਹਦੇ ਵਿੱਚੋਂ ਤਕਰੀਬਨ 1400 ਵੋਟ ਸਾਡੇ ਚੱਕ ਦਾ ਕਾਸਟ ਹੋ ਜਾਂਦਾ ਹੈਗਾ। ਅਤੇ ਸਾਡੇ ਚੱਕ ਦੇ ਵਿੱਚ ਤਕਰੀਬਨ ਅਮੂਮਨ ਹੀ ਮੁਕਾਬਲਾ ਜਿਹੜਾ ਨਾ ਪਾਰਟੀਆਂ ਦਾ ਉਹ ਫਸਵਾਂ ਜਿਹਾ ਹੁੰਦਾ ਆ, ਅਤੇ ਅਕਸਰ ਉਹ ਬੇਸ਼ਤਰ ਆਪਣਾ ਚੌਰੀ ਮਨੀਰ ਅਤੇ ਚੌਰੀ ਤਫੈਲ ਇਹ ਜਿੱਤ ਜਾਂਦੇ ਆ, ਅਤੇ ਕਦੀ ਕਦਾਈ ਦੂਸਰੀਆਂ ਪਾਰਟੀਆਂ ਵੀ ਜਿੱਤ ਜਾਂਦੀਆਂ, ਜਿਵੇਂ ਇਸ ਦਫ਼ਾ PTI ਦੇ ਜ਼ੋਰ ਨਾਲ ਥੋੜ੍ਹੇ ਜਿਹੇ ਵੋਟਾਂ ਦੇ ਰਾਏ ਸਾਹਿਬਾਨ ਅਤੇ ਆਪਣਾ ਲੰਗੜਿਆਲ ਸਾਹਿਬ ਜਿਹੜੇ ਹੈਗੇ ਨੇ ਚੌਰੀ ਨਮਾਨ ਅਮਨ ਲੰਗੜਿਆਲ ਉਹ ਜਿੱਤੇ ਆ, ਕਾਮਯਾਬ ਹੋਏ ਆ। ਅਤੇ ਸਾਡੇ ਚੱਕ ਦੀ ਜਿਹੜੀ ਮਸ਼ਹੂਰੀ ਦੀ ਅਸਲ ਵਜ੍ਹਾ ਨਾ ਜਿਹੜੀ ਮੈਂ ਦੱਸਣੀ ਜਾਣਾ, ਇੰਟਰਵਿਊ ਲੰਬਾ ਹੋ ਗਿਆ, ਇਸ ਚੱਕ ਨੇ ਬਹੁਤ ਆਲਾ ਦਰਜੇ ਦੇ ਪਲੇਅਰ ਪੈਦਾ ਕੀਤੇ ਆ ਭਾਈ ਜੀ ਕਬੱਡੀ ਦੇ, ਔਰ ਕਬੱਡੀ ਦੀ ਵਜ੍ਹਾ ਤੋਂ 59 ਚੱਕ ਦਾ ਇੱਕ ਨਾਂ ਆ, ਠੀਕ ਆ ਨਾ। ਇੱਥੇ ਭਾਈ ਅਲੀ ਅਹਿਮਦ ਮਰਹੂਮ ਪਾਕਿਸਤਾਨ ਕਬੱਡੀ ਟੀਮ ਦੇ ਵਿੱਚ ਰਹੇ ਆ, ਸ਼ਾਇਦ ਕੈਪਟਨ ਰਹੇ ਆ, ਇੱਕ ਤਾਰਕ ਮਹਿਮੂਦ ਆ ਮੁੰਡਾ, ਅੱਜ ਕੱਲ੍ਹ ਉਹਨੇ ਆਪਣਾ ਰੇਲਵੇ ਦੇ ਵਿੱਚ ਨੇ, ਉਹ ਚੰਗੀ ਕਬੱਡੀ ਖੇਲ ਗਏ ਆ। ਪੁਰਾਣਿਆਂ ਬੰਦਿਆਂ ਦੇ ਵਿੱਚ ਚੌਰੀ ਮਨੀਰ ਵੱਧੋਂ ਕਬੱਡੀ ਦੀ ਬੇਸ ਦੇ ਉੱਤੇ DSP ਹੋ ਹਟਿਆ, SHO DS ਚੰਗਾ ਉਹਦਾ ਮਾਰ ਹਟਿਆ, ਅਤੇ ਕਬੱਡੀ ਦੀ ਬੇਸ ਦੇ ਉੱਤੇ ਇੱਕ ਪੁਰਾਣਿਆਂ ਬੰਦਿਆਂ 'ਚ ਇੱਕ ਬਸ਼ੀਰ ਅਹਿਮਦ ਹੁੰਦੇ ਸੀ ਅਤੇ ਸ਼ਿਓਂ ਨੂੰ ਕਹਿੰਦੇ ਹੁੰਦੇ ਸੀ, ਅਤੇ ਸਾਈ ਉਹਦੇ ਹੱਲ ਵੇਖ ਕੇ ਕਹਿੰਦੇ ਥੱਲੇ ਬਹਿ ਜਾਂਦਾ ਸੀ, ਵੈਸੇ ਦਮ ਹੀ ਛੱਡ ਜਾਂਦਾ ਸੀ। ਅਤੇ ਕਬੱਡੀ ਜਿਹੜੀ ਹੈ ਨਾ ਸਾਡੇ ਇਲਾਕੇ ਦਾ ਮਾਣ ਆ। ਇੱਕ ਦਫ਼ਾ ਇੰਡੀਆ ਔਰ ਪਾਕਿਸਤਾਨ ਦਾ ਆਪਣਾ ਇੰਡੀਆ ਦਾ ਦੇ ਧਰਤੀ ਦੇ ਉੱਤੇ ਨਾ ਮੈਚ ਹੋ ਰਿਹਾ ਸੀ ਅਤੇ ਇਰਾਨ ਦੇ ਨਾਲ, ਇਰਾਨ ਔਰ ਪਾਕਿਸਤਾਨ ਦਾ ਮੈਚ ਹੋ ਰਿਹਾ ਸੀ ਆਪਣੇ ਇੰਡੀਆ ਦੀ ਧਰਤੀ 'ਤੇ। ਉਹਦੇ ਕਮੈਂਟੇਟਰ ਸੀਗੇ ਨਾ ਬਾਈ ਦਾ ਵੇ, ਉਹ ਜੀਓ ਸੁਪਰ 'ਤੇ ਗੱਲ ਬਣਾਉਂਦੇ ਹੁੰਦੇ ਸੀ, ਸਾਜਿਦ ਮੈਚ ਉਹ ਮੈਂ ਲਾਇਆ ਅਤੇ ਉਹ ਇਹ ਸਹੀ ਜਿਹੀ ਗੱਲ ਆ, ਮੈਂ ਬਹੁਤ ਸਾਰੇ ਬੇਲੀਆਂ ਨੂੰ ਦੱਸੀ। ਜਿਵੇਂ ਉਹ ਕਦੀ ਕਦੀ ਨਾ ਫੈਸਲਾਬਾਦ ਦੇ ਚੱਕਾਂ ਦਾ ਨਾਂ ਲੈਂਦੇ ਹੁੰਦੇ ਸੀ ਨਾ, ਇੱਕ ਦਫ਼ਾ ਉਹਨਾਂ ਨਾਂ ਲੈ ਦਿੱਤਾ, ਉਹ ਜਦੋਂ 59 ਔਰ ਇਰਾਨ ਦਾ ਮੈਚ ਹੋ ਰਿਹਾ ਨਾ, ਇਹ ਸਹੀ ਵਾਕਿਆ ਕਿ ਉਹ ਮੈਚ ਬੜਾ ਪੋਲਾ ਸੀ। ਉਹਨਾਂ ਦਿਨਾਂ ਦੇ ਵਿੱਚ ਸਾਡੇ ਮੁੰਡੇ ਬੜੇ ਚੜ੍ਹੇ ਹੋਏ ਸੀ ਕਬੱਡੀ ਦੇ, ਅਤੇ ਪਹਿਲੇ ਵੀ ਭਾ ਅਲੀ ਅਹਿਮਦ ਦਾ ਅਤੇ ਤਾਰਕ ਦਾ ਵੀ ਨਾਂ ਇੱਕ ਰਿਹਾ ਹੋਇਆ ਸੀ, ਅਤੇ ਬਸ਼ੀਰ ਸ਼ਿਓਂ ਹੋਣਾ ਦਾ ਵੀ ਆਪਣੇ ਵੇਲੇ 'ਚ ਇੱਕ ਨਾਂ ਰਿਹਾ ਸੀ, ਹੋਰ ਵੀ ਬੰਦੇ ਹੈਗੇ ਸੀਗੇ। ਉਹਨਾਂ ਨੂੰ ਉਹ ਸਾਰੀ ਜਿਹੜੀ ਚੀਜ਼ ਮੱਦੇਨਜ਼ਰ ਸੀ, ਇਹਨਾਂ ਦੇ ਕੋਲ ਇੰਟਰਨੈਸ਼ਨਲ ਕਿੱਟਾਂ ਵੀ ਮੌਜੂਦ ਨੇ। ਉਹ ਕਮੈਂਟੇਟਰ ਇਹ ਗੱਲ ਕਹਿਣ ਲੱਗਿਆ ਕਿ ਇਹਦੇ ਨਾਲੋਂ ਤਾਂ ਕੋਈ ਕਲੱਬ ਦੀ ਟੀਮ ਵੀ ਲੈ ਆਓ ਨਾ, ਬਲਕਿ ਉਹ ਦੂਸਰਾ ਜਿੱਦਾਂ ਉਹ ਹੱਸਦੇ ਹੁੰਦੇ ਨਾ ਹੱਸ ਕੇ, ਉਹ ਚੌਰ ਸਾਹਿਬ ਇੱਧਰ ਆਪਣੇ ਚੀਚਾ ਤੋਂ ਬੁਰੇ ਵੱਲ ਨੂੰ ਜਾਈਏ ਨਾ, ਇੱਕ 59 ਚੱਕ ਆ ਉਹ। ਮੈਂ ਛਾਣਬੀਣ ਜਦੋਂ ਬਾਅਦ 'ਚ ਕੀਤੀ ਨਾ ਕਿ ਸਾਡੇ 59 ਚੱਕ ਦਾ ਹੀ ਜ਼ਿਕਰ ਸੀ, 59 ਚੱਕ ਆ ਰਸਤੇ 'ਚ ਆਉਂਦਾ, ਆਪਣੇ 59 ਚੱਕ ਦੀ ਟੀਮ ਲੈ, ਉਹਦੀ ਅੱਛਾ ਖੇਲ ਲਏਗੀ ਮੈਚ ਇਰਾਨ ਦੇ ਨਾਲ, ਉਹਨੇ ਵੀ ਫਸ ਕੇ ਖੇਲ ਲੈਣਾ। ਅਤੇ ਇਹ ਮਤਲਬ ਦੇਖੋ ਇੱਕ ਨਾਂ ਲੈ ਆਉਂਦਾ ਧਰਤੀ ਦਾ, ਉਹਨੇ ਵੀ ਬੜਾ ਇੱਕ ਮੁਕਾਮ ਪੈਦਾ ਕੀਤਾ। ਇਸ ਤਰ੍ਹਾਂ ਧਰਤੀ 'ਤੇ ਬੜੀ ਜ਼ਰਖੇਜ਼ ਹੈਗੀ ਆ, ਲੇਕਿਨ ਸਹੂਲਤਾਂ ਦੀ ਕਮੀ ਦੀ ਵਜ੍ਹਾ ਤੋਂ ਚੱਕਾਂ ਥਾਵਾਂ 'ਚ ਹੁਣ ਗੈਸਾਂ ਲੱਗ ਗਈਆਂ, ਸਭ ਕੁਝ ਲੱਗ, ਸਾਡੇ ਧੁੱਦੜਾਂ ਉੱਡਦੀਆਂ ਫਿਰਦੀਆਂ, ਲਾਗੇ ਚੱਕ 45 ਦੇਖ ਲਓ, ਸਕੂਲ ਹਾਇਰ ਹੋ ਗਏ ਆ, ਪੱਕੀਆਂ ਆ, ਅਤੇ ਸਾਡੇ ਸਹੂਲਤਾਂ ਦੀ ਕਮੀ ਹੈਗੀ ਆ। ਬਾਕੀ ਲੋਕਾਂ 'ਚ ਜੇਕਰ ਸ਼ਊਰ ਆ ਜਾਂ ਹੋਰ, ਲੋਕ ਪੜ੍ਹੇ ਲਿਖੇ ਆ, ਲੋਕਾਂ 'ਚ ਹਰ ਰੰਗ ਪਾਇਆ ਜਾਂਦਾ, ਖੈਰ ਔਰ ਸ਼ਰ ਦੀਆਂ ਸਾਰੀਆਂ ਮਿਸਾਲਾਂ 59 ਚੱਕ ਦੀ ਧਰਤੀ 'ਚ ਮੌਜੂਦ ਆ। ਮਕਈ ਇੱਥੇ ਦੀ ਆਮ ਫਸਲ ਆ, ਕਿਉਂਕਿ ਕਪਾਹ ਹੁਣੋਂ ਹਟ ਗਈ ਸੀ, ਪਹਿਲੇ ਕਪਾਹ ਬੜੀ ਬੀਜਦੇ ਰਹੇ ਆ ਲੋਕ, ਅਤੇ ਬਾਕੀ ਆਲੂ ਸ਼ਾਲੂ ਵੀ ਕੱਢ ਲੈਂਦੇ ਆ, ਇਸ ਦਫ਼ਾ ਤੇਲ ਬੜੇ ਗੱਡੇ ਆ। ਹਾਂਜੀ, ਅਕਸਰੀਅਤ ਦਾ ਪੇਸ਼ਾ ਜਿਹੜਾ ਉਹ ਜ਼ਰਾਤ ਆ, ਬਾਕੀ ਮਿਹਨਤ ਮਜ਼ਦੂਰੀ ਵੀ ਕਰ ਲੈਂਦੇ ਆ। ਅਤੇ ਮਤਲਬ ਸਾਡਾ ਚੱਕ ਬੜਾ ਦੇਖਣ ਵਾਲਾ ਵਾ, ਇੱਥੇ ਅੰਬਾਂ ਦੇ ਬੂਟੇ ਬੜੇ ਹੁੰਦੇ ਸੀ, 59 ਚੱਕ ਅੰਬਾਂ ਵਾਲੀ ਕਦੀ ਵੱਜਦੀ ਰਹੀ ਆ, ਅਤੇ ਅੱਜ ਵੀ ਤੁਸੀਂ ਖਾਲਿਆਂ ਬੰਨਿਆਂ 'ਤੇ ਜਾ ਕੇ ਦੇਖੋ ਨਾ, ਅਤੇ ਅੰਬਾਂ ਦੇ ਬੂਟੇ ਵੇਖਣ ਦੇ ਕਾਬਲ ਆ। ਹਾਂਜੀ, ਅੱਛਾ ਜੀ, ਜਜ਼ਾਕ ਅੱਲਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਰਾਵਾਂ ਦਾ, ਬੜੀ ਮੁਹੱਬਤ ਦੇ ਨਾਲ ਤੁਸੀਂ ਆਏ ਆ, ਆਪਾਂ ਬੈਠੇ ਹਾਂ, ਤੁਸੀਂ ਇੰਟਰਵਿਊ ਕੀਤਾ ਜੀ। ਹਾਂਜੀ, ਆਪਣਾ ਕੀ